ਕੋਈ ਸੁਵਿਧਾ ਨਹੀਂ ਹੈ, ਮਿੱਟੀ ਹੁੰਦੀ ਸੀ, ਮਿੱਟੀ ਕਰਦੇ ਸੀ ਜ਼ੋਰ, ਕਿਉਂਕਿ ਨਾ ਸਾਡੇ ਕੋਲ ਕੋਈ ਮੈਟ ਸੀ, ਨਾ ਆਪਣੇ ਕੋਈ ਪਠਾਨਕੋਟ ਦੇ ਵਿੱਚ ਕੋਈ ਮੈਟ ਵਾਲਾ ਅਖਾੜਾ ਸੀ, ਸਿਰਫ ਇੱਕ ਮਿੱਟੀ ਜ਼ੋਰ ਕਰਦੇ ਸੀ। ਉਹ ਫਿਰ ਮਿੱਟੀ ਜ਼ੋਰ ਕਰਨ ਆਈ, ਫਿਰ ਮਿੱਟੀ 'ਚ ਤੁਹਾਨੂੰ ਪਤਾ ਮਿੱਟੀ ਦੇ ਮੈਟ 'ਚ ਜ਼ਮੀਨ ਸਮਾਨ ਦਾ ਵਰਗਾ, ਮਿੱਟੀ 'ਚ ਅਸੀਂ ਜ਼ੋਰ ਕਰਕੇ ਫਿਰ ਛਿੰਝਾਂ ਛੁੰਝਾਂ ਹੀ ਘੁਲਦੇ ਰਹੇ ਹਾਂ। ਫਿਰ ਵੀ ਅਸੀਂ ਆਪਣੇ ਨੈਸ਼ਨਲ ਤੱਕ ਲੜੇ, ਚਲੋ ਮਿੱਟੀ 'ਚ ਜ਼ੋਰ ਕਰਕੇ ਵੀ ਅਸੀਂ ਨੈਸ਼ਨਲ ਤੱਕ ਖੇਡੇ ਸੀ। ਸਾਡੇ ਖਾੜੇ ਦੇ ਕਾਫੀ ਬੱਚੇ ਜਿਹੜੇ ਨੈਸ਼ਨਲ ਖੇਡ ਚੁੱਕੇ ਆ, ਨੈਸ਼ਨਲ ਵੀ ਖੇਡੇ ਆ, ਸਟੇਟ 'ਚ ਉਹਨਾਂ ਦੇ ਕਈਆਂ ਦੇ ਦੋ ਦੋ ਤਿੰਨ ਤਿੰਨ ਵਾਰੀ ਮੈਡਲ ਆ। ਮੇਰੀ ਕੁੜੀ ਵਾਲੇ 5-6 ਵਾਰੀ ਉਹਦਾ ਮੈਡਲ ਆ, ਆਪਣੇ ਰਿਸ਼ਕਾ ਦੂਸਰੀ ਕੁੜੀ ਆ ਉਹਦਾ ਆਪਣੇ ਕਾਲਜ ਵਾਲਾ ਅੰਡਰ ਯੂਨੀਵਰਸਿਟੀ ਨੂੰ ਮੈਡਲ ਆ, ਇੱਕ ਅੰਡਰ 40 ਉਹ ਕੁੜੀ ਆ, ਇੱਕ ਉਹਦਾ ਅੰਡਰ 40 ਨੂੰ ਮੈਡਲ ਆ, ਮਤਲਬ ਕਿ ਕਾਫੀ ਮੈਡਲ ਆ ਸਾਡੇ ਖਾੜੇ ਦੇ। ਸਿਰਫ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਗਰੀਬ ਆ ਉਹਨਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ, ਉਹਨਾਂ ਨੂੰ ਉਹਨਾਂ ਦੀ ਡਾਇਟ ਬਾਰੇ ਸੋਚਣਾ ਚਾਹੀਦਾ, ਉਹਨਾਂ ਨੂੰ ਜਿੱਦਾਂ ਜੋ ਉਹਨਾਂ ਦਾ ਘਿਓ ਬਦਾਮ ਇਹ ਚੀਜ਼ਾਂ ਉਹਨਾਂ ਨੂੰ ਮਿਲ ਜਾਣ ਅਤੇ ਬੱਚਾ ਕਾਫੀ ਦੂਰ ਤੱਕ ਸਕਦਾ। ਹੁਣ ਜਿਹੜਾ ਗਰੀਬ ਬੱਚਾ ਭਾਅ ਜੀ ਉਹ ਇੰਨਾ ਖਰਚਾ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਵਿਚਾਰਾ ਦਿਹਾੜੀ ਵਾਲੇ ਦਾ ਬੱਚਾ ਉਹ 500 ਰੁਪਏ ਦਾ ਖੁਦ ਦਿਹਾੜੀ ਲਾ ਕੇ ਕਮਾਉਂਦਾ, ਉਹ ਬੱਚੇ ਨੂੰ 500 ਦੀ ਖੁਰਾਕ ਕਿੱਥੋਂ ਪਾਏਗਾ। ਫਰੀ ਟ੍ਰੇਨਿੰਗ, ਕੋਈ ਪੈਸਾ ਨਹੀਂ, ਅਸੀਂ ਕੋਈ ਫੀਸ ਨਹੀਂ ਲੈਂਦੇ ਕਿਸੇ ਕੋਲ, ਸਿਰਫ ਇੱਕ ਸਾਨੂੰ ਸ਼ੌਂਕ ਆ ਵੀ ਬੱਚੇ ਚੰਗੇ ਪਾਸੇ ਲੱਗਣ, ਵਧੀਆ ਖੇਡਣ, ਇਹਨਾਂ ਦੇ ਮੈਡਲ ਆਉਣ, ਅੱਗੇ ਓਲੰਪਿਕ ਦਾ ਖੇਡਣ, ਸਾਡੀ ਤਾਂ ਇਹੀ ਸੋਚ ਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਹਿਲਵਾਨ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਅੱਜ ਤੋਂ ਕਈ ਸਾਲ ਪਹਿਲਾਂ ਪਹਿਲਵਾਨੀ ਦੇ ਵਿੱਚ ਜ਼ੋਰ ਅਜਮਾਇਸ਼ ਕੀਤੀ ਅਤੇ ਆਪਣੇ ਦੇਸ਼ ਦੇ ਲਈ ਖੇਡਣਾ ਚਾਹੁੰਦਾ ਸੀ, ਪਰ ਸੁਵਿਧਾਵਾਂ ਦੇ ਘਾਟ ਦੇ ਕਾਰਨ ਉਸਨੂੰ ਆਪਣੀ ਖੇਡ ਅੱਧ ਵਿੱਚ ਛੱਡਣੀ ਪਈ। ਲੇਕਿਨ ਹੁਣ ਉਸਦੇ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਪਠਾਨਕੋਟ ਦਾ ਨਾਂ ਇੱਕ ਵਾਰ ਫਿਰ ਤੋਂ ਰੋਸ਼ਨ ਹੋਣ ਜਾ ਰਿਹਾ ਹੈ। ਮੇਰੇ ਨਾਲ ਇਸ ਵਕਤ ਦੀਪੂ ਪਹਿਲਵਾਨ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਦੀਪੂ ਜੀ, ਤੁਸੀਂ ਕਈ ਸਾਲ ਪਹਿਲਾਂ ਪਹਿਲਵਾਨੀ ਦੇ ਵਿੱਚ ਜ਼ੋਰ ਅਜਮਾਇਸ਼ ਕੀਤੀ, ਦੇਸ਼ ਦੇ ਲਈ ਖੇਡਣਾ ਚਾਹੁੰਦੇ ਸੀ, ਫਿਰ ਕੀ ਕਾਰਨ ਰਹੇ ਵੀ ਤੁਹਾਨੂੰ ਖੇਡ ਵਿੱਚੋਂ ਛੱਡਣੀ ਪਈ? ਬਈ ਕਾਰਨ ਕੋਈ ਨਹੀਂ ਆ, ਪਹਿਲੇ ਕੋਈ ਸੁਵਿਧਾ ਨਹੀਂ ਹੈ, ਮਿੱਟੀ ਹੁੰਦੀ ਸੀ, ਮਿੱਟੀ ਕਰਦੇ ਸੀ ਜ਼ੋਰ, ਕਿਉਂਕਿ ਨਾ ਸਾਡੇ ਕੋਲ ਕੋਈ ਮੈਟ ਸੀ, ਨਾ ਆਪਣੇ ਕੋਈ ਪਠਾਨਕੋਟ ਦੇ ਵਿੱਚ ਕੋਈ ਮੈਟ ਵਾਲਾ ਅਖਾੜਾ ਸੀ, ਸਿਰਫ ਇੱਕ ਮਿੱਟੀ ਜ਼ੋਰ ਕਰਦੇ ਸੀ। ਉਹ ਫਿਰ ਮਿੱਟੀ ਜ਼ੋਰ ਕਰਨ ਆਈ, ਫਿਰ ਮਿੱਟੀ 'ਚ ਤੁਹਾਨੂੰ ਪਤਾ ਮਿੱਟੀ ਦੇ ਮੈਟ 'ਚ ਜ਼ਮੀਨ ਸਮਾਨ ਦਾ ਵਰਗਾ, ਮਿੱਟੀ 'ਚ ਅਸੀਂ ਜ਼ੋਰ ਕਰਕੇ ਫਿਰ ਛਿੰਝਾਂ ਛੁੰਝਾਂ ਹੀ ਘੁਲਦੇ ਰਹੇ ਹਾਂ। ਫਿਰ ਵੀ ਅਸੀਂ ਆਪਣੇ ਨੈਸ਼ਨਲ ਤੱਕ ਲੜੇ, ਚਲੋ ਮਿੱਟੀ 'ਚ ਜ਼ੋਰ ਕਰਕੇ ਵੀ ਅਸੀਂ ਨੈਸ਼ਨਲ ਤੱਕ ਖੇਡੇ ਭਾਅ ਜੀ। ਪਿਛੋਕੜ ਕੀ ਸੀ, ਥੋੜ੍ਹਾ ਆਪਣੇ ਬਾਰੇ ਥੋੜ੍ਹਾ ਦੱਸੋ। ਪਿਛੋਕੜ ਪਹਿਲਵਾਨੀ ਕਰਦੇ ਸੀ ਪਰਿਵਾਰ ਦੇ ਵਿੱਚ? ਮੇਰੇ ਫਾਦਰ ਸਾਹਿਬ ਪਹਿਲਵਾਨੀ ਕਰਦੇ ਸੀ, ਉਹ ਆਰਮੀ ਵਿੱਚ ਜੋਬ ਕਰਦੇ ਸੀ, ਉਹਨਾਂ ਨੇ ਉੱਥੇ ਵੀ ਕਾਫੀ ਕੰਪੀਟੀਸ਼ਨ ਲੜੇ, ਆਰਮੀ ਵੱਲੋਂ ਕਾਫੀ ਕੰਪੀਟੀਸ਼ਨ ਲੜੇ। ਉਹਨਾਂ ਨੂੰ ਇਹ ਜਿਹੜਾ ਅਖਾੜਾ ਬਣਾਇਆ ਸੀ ਇਹ ਪਹਿਲੇ ਮੇਰੇ ਫਾਦਰ ਸਾਹਿਬ ਨੇ ਬਣਾਇਆ ਸ਼ੁਰੂ ਕੀਤਾ ਸੀ, ਛੋਟੇ ਛੋਟੇ ਬੱਚੇ ਉਹਨੂੰ ਬਣਾ ਕੇ ਦਿੱਤਾ ਸੀ, 5-7 ਬੱਚੇ ਆਉਂਦੇ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਅਖਾੜਾ। ਚਾਹੁੰਦੇ ਕੀ ਸੀ ਪਿਤਾ ਜੀ, ਕੀ ਚਾਹੁੰਦੇ ਸੀ, ਤੁਹਾਨੂੰ ਕੀ ਬਣਾਉਣਾ ਚਾਹੁੰਦੇ ਸੀ ਜਾਂ ਇਸ ਖੇਡ ਦੇ ਵਿੱਚ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਸੀ? ਪਿਤਾ ਜੀ ਦੇ ਚਾਹੁੰਦੇ ਵੀ ਭਲਵਾਨ ਵਧੀਆ ਵੱਡਾ ਭਲਵਾਨ ਬਣੇ, ਚਲੋ ਵਧੀਆ ਵੱਡਾ ਭਲਵਾਨ ਬਣੇਗਾ, ਚਲੋ ਨਾਮ ਮਾਂ ਪਿਓ ਦਾ ਵੀ ਨਾਮ ਹੁੰਦਾ, ਅਤੇ ਉਹਨਾਂ ਨੂੰ ਇਹੀ ਸ਼ੌਂਕ ਸੀ ਵੀ ਜਿਹੜੇ ਆਉਣ ਵਾਲੇ ਬੱਚੇ ਆ ਉਹ ਵੀ ਭਲਵਾਨੀ ਕਰਨ, ਨਸ਼ੇ ਤੋਂ ਬਚਣਗੇ, ਇਸ ਪਾਸੇ ਗੇਮ ਨੂੰ ਆਉਣਗੇ ਅਤੇ ਭਲਵਾਨੀ ਵੱਲ ਧਿਆਨ ਦੇਣਗੇ ਅਤੇ ਚਲੋ ਚੰਗੇ ਪਾਸੇ ਲੱਗ ਜਾਣਗੇ, ਉਹਨਾਂ ਦਾ ਇਹੀ ਸ਼ੌਂਕ ਸੀ। ਅਸੀਂ ਦੇਖਿਆ ਕਿ ਬੜੇ ਛੋਟੇ ਛੋਟੇ ਬੱਚੀਆਂ ਇੱਥੇ ਤੁਹਾਡੇ ਕੋਲ ਆ ਕੇ ਕਰਦੀਆਂ ਪਈਆਂ, ਕੀ ਤੁਸੀਂ ਇਸ ਨੂੰ ਆਪਣੇ ਉਸ ਤੋਂ ਮੁੱਖ ਕਿੱਤੇ ਵਜੋਂ ਅਪਣਾਇਆ ਇਸ ਕੰਮ ਨੂੰ, ਜਾਂ ਇਸਨੂੰ ਨਿਸ਼ੁਲਕ ਤੁਸੀਂ ਫਰੀ ਟ੍ਰੇਨਿੰਗ ਦੇ ਰਹੇ ਹੋ? ਨਹੀਂ ਨਹੀਂ ਬਈ, ਸਾਨੂੰ ਸ਼ੌਂਕ ਹੈ ਸਿਰਫ ਫਰੀ ਟ੍ਰੇਨਿੰਗ, ਕੋਈ ਪੈਸਾ ਨਹੀਂ, ਅਸੀਂ ਕੋਈ ਫੀਸ ਨਹੀਂ ਲੈਂਦੇ ਕਿਸੇ ਕੋਲ, ਸਿਰਫ ਇੱਕ ਸਾਨੂੰ ਸ਼ੌਂਕ ਆ ਵੀ ਬੱਚੇ ਚੰਗੇ ਪਾਸੇ ਲੱਗਣ, ਵਧੀਆ ਖੇਡਣ, ਇਹਨਾਂ ਦੇ ਮੈਡਲ ਆਉਣ, ਅੱਗੇ ਓਲੰਪਿਕ ਦਾ ਖੇਡਣ, ਸਾਡੀ ਤਾਂ ਇਹੀ ਸੋਚ ਆ ਬਈ।
ਬੰਦੇ ਦੇ ਮਨ ਦੇ ਵਿੱਚ ਨਾ ਇੱਕ ਕਸਕ ਰਹਿ ਜਾਂਦੀ ਹੈ ਕਿ ਮੈਂ ਉਸ ਮੁਕਾਮ ਤੱਕ ਜਾਣਾ ਸੀ, ਕਿ ਇਹ ਜਿਹੜੇ ਬੱਚੇ ਆ ਉਹਨਾਂ ਵਿੱਚ ਤੁਸੀਂ ਆਪਣੇ ਸੁਪਨੇ ਵੇਖਦੇ ਹੋ? ਹਾਂਜੀ ਹਾਂਜੀ ਭਾਅ ਜੀ, ਇਹ ਬੱਚਿਆਂ 'ਚ ਭਵਿੱਖ ਆ ਸਾਰਾ, ਅਸੀਂ ਤੇ ਇਹਨਾਂ ਨੂੰ ਸਾਨੂੰ ਬਹੁਤ ਆਸ ਆ ਇਹਦੇ, ਕਿਉਂਕਿ ਹੁਣ ਸਾਡੇ ਅਖਾੜੇ ਦੇ ਕਾਫੀ ਬੱਚੇ ਜਿਹੜੇ ਨੈਸ਼ਨਲ ਖੇਡ ਚੁੱਕੇ ਆ, ਨੈਸ਼ਨਲ ਵੀ ਖੇਡੇ ਆ, ਸਟੇਟ 'ਚ ਉਹਨਾਂ ਦੇ ਕਈਆਂ ਦੇ ਦੋ ਦੋ ਤਿੰਨ ਤਿੰਨ ਵਾਰੀ ਮੈਡਲ ਆ, ਮੇਰੀ ਕੁੜੀ ਵਾਲੇ 5-6 ਵਾਰੀ ਉਹਨਾਂ ਦਾ ਮੈਡਲ ਆ, ਆਪਣੇ ਰਿਸ਼ਕਾ ਦੂਸਰੀ ਕੁੜੀ ਆ ਉਹਦਾ ਆਪਣੇ ਕਾਲਜ ਵਾਲਾ ਅੰਡਰ ਯੂਨੀਵਰਸਿਟੀ ਵੀ ਮੈਡਲ ਆ, ਇੱਕ ਅੰਡਰ 40 ਉਹ ਗੁੜੀਆ, ਇੱਕ ਉਹਦਾ ਅੰਡਰ 40 ਵੀ ਮੈਡਲ ਆ, ਮਤਲਬ ਕਿ ਕਾਫੀ ਮੈਡਲ ਆ ਸਾਡੇ ਖਾੜੇ ਦੇ। ਮੇਰਾ ਲੜਕਾ ਵੱਡਾ ਉਹਦਾ 96 ਕਿਲੋ ਪੰਜਾਬ ਖੇਡ ਮੇਲਾ ਜੇ ਉਹਨਾਂ ਦਾ ਗੋਲਡ ਆਇਆ। ਇੱਕ ਚੰਗਾ ਖਿਡਾਰੀ ਜਾਂ ਚੰਗਾ ਪਹਿਲਵਾਨ ਕੀ ਖੁਰਾਕ ਕੀ ਰਹਿਣੀ ਚਾਹੀਦੀ ਹੈ ਉਸਦੀ? ਦੇਖੋ ਜੀ, ਪਹਿਲਵਾਨੀ ਕਰਨ ਲਈ ਖੁਰਾਕ ਤਾਂ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੋ ਜੀ 60 ਰੁਪਏ ਕਿਲੋ ਅਤੇ ਦੁੱਧੀ ਆ, ਅਤੇ ਮੇਰੇ ਹਿਸਾਬ ਨਾਲ 4-500 ਰੁਪਏ ਕਿਲੋ ਜਿਹੜਾ ਘਿਓ ਆ, ਜੇ ਵਧੀਆ ਲੈਣਾ ਤਾਂ 700 ਰੁਪਈਆ। ਅਤੇ ਬੱਚੇ ਨੂੰ ਡਾਇਟ ਤਾਂ ਜ਼ਰੂਰੀ ਚਾਹੀਦੀ ਆ, ਬੱਚੇ ਇੱਕ ਤੁਸੀਂ ਨਾਰਮਲ ਲੈ ਕੇ ਚੱਲੋ ਵੀ ਇੱਕ ਛੋਟੇ ਬੱਚੇ ਦਾ 500 ਰੁਪਏ ਖਰਚਾ ਲੈ ਕੇ ਚੱਲੋ ਜੀ, ਰੋਜ਼ ਦਾ ਚਾਹੀਦਾ ਬੱਚੇ ਨੂੰ। ਅਸੀਂ ਦੇਖਦੇ ਹਾਂ ਕਿ ਪਹਿਲਵਾਨੀ ਦੀ ਜੇਕਰ ਗੱਲ ਕਰੀਏ, ਲੜਕੀਆਂ ਨੂੰ ਕਈ ਅੱਜ ਵੀ ਲੋਕਾਂ ਦੀ ਸੋਚ ਹੈ ਵੀ ਲੜਕੀਆਂ ਨੂੰ ਪਹਿਲਵਾਨੀ ਦੇ ਕਿੱਤੇ ਵਿੱਚ ਪਾਇਆ ਜਾਏ ਨਹੀਂ ਪਾਇਆ ਜਾਏ, ਰਿਜ਼ਲਟ ਭਾਲਦੇ ਆ ਲੋਕ ਪਹਿਲਾਂ। ਸਾਡੇ ਸ਼ਹਿਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕੋਈ ਐਡੇ ਵੱਡੇ ਰਿਜ਼ਲਟ ਨਹੀਂ ਦੇਖਣ ਨੂੰ ਮਿਲਦੇ। ਕੀ ਲੱਗਦਾ ਕਿੰਨੀਆਂ ਕੁ ਔਕੜਾਂ ਆਉਂਦੀਆਂ ਤੁਹਾਨੂੰ ਇੱਥੇ ਲੜਕੀਆਂ ਨੂੰ ਟ੍ਰੇਨ ਕਰਨ ਲਈ? ਸਰ, ਔਕੜ ਤਾਂ ਸਾਨੂੰ ਕੁੜੀਆਂ ਨੂੰ ਟ੍ਰੇਨਿੰਗ ਦੇਣ ਲਈ ਕੋਈ ਨਹੀਂ ਆ, ਸਿਰਫ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਗਰੀਬ ਆ ਉਹਨਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ, ਉਹਨਾਂ ਨੂੰ ਉਹਨਾਂ ਦੀ ਡਾਇਟ ਬਾਰੇ ਸੋਚਣਾ ਚਾਹੀਦਾ, ਉਹਨਾਂ ਨੂੰ ਜਿੱਦਾਂ ਜੋ ਉਹਨਾਂ ਦਾ ਘਿਓ ਬਦਾਮ ਇਹ ਚੀਜ਼ਾਂ ਉਹਨਾਂ ਨੂੰ ਮਿਲ ਜਾਣ ਅਤੇ ਬੱਚਾ ਕਾਫੀ ਦੂਰ ਤੱਕ ਸਕਦਾ। ਹੁਣ ਜਿਹੜਾ ਗਰੀਬ ਬੱਚਾ ਭਾਈ ਉਹ ਇੰਨਾ ਖਰਚਾ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਵਿਚਾਰਾ ਦਿਹਾੜੀ ਵਾਲੇ ਦਾ ਬੱਚਾ ਉਹ 500 ਰੁਪਏ ਦਾ ਖੁਦ ਦਿਹਾੜੀ ਲਾ ਕੇ ਕਮਾਉਂਦਾ ਹੋਗਾ, ਬੱਚੇ ਨੂੰ 500 ਦੀ ਖੁਰਾਕ ਕਿੱਥੋਂ ਖਵਾਏਗਾ? ਉਸੇ ਕਾਰਨ ਕਈ ਬੱਚੇ ਜਿਹੜੇ ਬਹੁਤ ਵਧੀਆ ਬੱਚੇ ਆ, ਜਿਹੜੇ ਮਤਲਬ ਕਿ ਨੈਸ਼ਨਲ ਦਾ ਖੇਡਣ ਵਾਲੇ ਵਧੀਆ ਬੱਚੇ, ਜਿਹੜੇ ਗਰੀਬੀ ਕਾਰਨ ਰਹਿ ਜਾਂਦੇ ਭਾਅ ਜੀ, ਕਿਉਂਕਿ ਉਸ ਗਰੀਬੀ ਕਾਰਨ ਉਹਨਾਂ ਦਾ ਜਿਹੜਾ ਸਪੋਰਟਸ ਕੈਰੀਅਰ ਖਤਮ ਹੋ ਜਾਂਦਾ, ਕਿਉਂਕਿ ਮਾਂ ਪਿਓ ਸਪੋਰਟ ਕਰ ਨਹੀਂ ਸਕਦੇ, ਕਿਉਂਕਿ ਮਾਂ ਪਿਓ ਗਰੀਬ ਆ, ਬੱਚੇ ਨੂੰ ਡਾਇਟ ਲੈ ਕੇ ਨਹੀਂ ਦੇ ਸਕਦੇ, ਬੱਚਾ ਫਿਰ ਉਸੇ ਕਾਰਨ ਰਹਿ ਜਾਂਦਾ ਵਿਚਾਰਾ। ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਕਿ ਰਿਜ਼ਲਟ ਆਉਣ ਤੋਂ ਬਾਅਦ ਜਦ ਬੱਚਾ ਕਿਸੇ ਮੁਕਾਮ 'ਤੇ ਪੁੱਜ ਜਾਂਦਾ ਉਸ ਤੋਂ ਬਾਅਦ ਬੜੇ ਅਨਾਊਂਸਮੈਂਟਾਂ ਹੁੰਦੀਆਂ। ਕੀ ਲੱਗਦਾ ਜੇਕਰ ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਮੁਹੱਈਆ ਬੱਚੇ ਨੂੰ ਕਰਾਈ ਜਾਣ ਤਾਂ ਕਈ ਮੈਡਲ ਜਿਹੜੇ ਪੰਜਾਬ ਦੀ ਝੋਲੀ ਵਿੱਚ ਵੀ ਪੈ ਸਕਦੇ ਨੇ? ਹਾਂਜੀ, ਜੇ ਸਰਕਾਰ ਪਹਿਲੇ ਬੱਚਿਆਂ ਦੀ ਸਪੋਰਟ ਕਰੇ ਤਾਂ ਬੱਚੇ ਬਹੁਤ ਦੂਰ ਤੱਕ ਜਾ ਸਕਦੇ, ਜਿਹੜਾ ਬਹੁਤ ਅੱਗੇ ਤੱਕ ਜਾ ਸਕਦੇ ਜਦੋਂ ਇਹਨਾਂ ਨੂੰ ਡਾਇਟ ਪੂਰੀ ਮਿਲੇਗੀ, ਸਪੋਰਟ ਇਹਨਾਂ ਹੋਵੇਗੀ, ਇਹਨਾਂ ਦੇ ਮਾਂ ਪਿਓ ਨੂੰ ਵੀ ਪਤਾ ਹੈਗਾ ਵੀ ਸਰਕਾਰ ਸਾਡੀ ਸਪੋਰਟ ਕਰਨ ਲੱਗੀ ਦੀ ਆ, ਅਤੇ ਮਾਂ ਪਿਓ ਨੇ ਤਾਂ ਬੱਚਿਆਂ ਦੀ ਭਗਵਾਨੀ ਕਰਾਉਣੀ ਕਰਾਉਣੀ ਆ, ਉਹਨਾਂ ਨੇ ਕੋਈ ਵੀ ਗੇਮ ਹੋਏਗੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਸ ਗੇਮ 'ਚ ਪਾਉਣਾ ਹੀ ਪਾਉਣਾ। ਹੁਣ ਜਿਹੜਾ ਬੱਚਾ ਵਿਚਾਰਾ ਆਪਣੀ ਮਿਹਨਤ ਕਰਕੇ ਤੁਹਾਡੇ ਸਾਹਮਣੇ ਜਦੋਂ ਤੁਸੀਂ ਆਏ ਦੇ ਲੱਗੇ ਦੇ ਬੱਚੇ, ਉਹਨਾਂ ਨੇ ਇੰਨੀ ਮਿਹਨਤ ਕਰਕੇ ਬੱਚਾ ਘਰ ਜਾਏਗਾ, ਉਹਨੂੰ ਜਦੋਂ ਘਰੋਂ ਖਾਣ ਲਈ ਕੁਛ ਨਹੀਂ ਮਿਲੇਗਾ ਤਾਂ ਭਾਅ ਜੀ ਫਿਰ ਉਹ ਬੱਚਾ ਕੀ ਕਰੇਗਾ? ਦੱਸੋ, ਉਹਦੇ ਲਈ ਤਾਂ ਫਿਰ ਔਖਾ ਹੀ ਹੋਏਗਾ ਨਾ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਠੀਕ ਹੈ ਯਾਰ, ਤੁਸੀਂ ਸੇਵਾ ਕਰਦੇ ਹੋ ਹਰ ਕੰਮ 'ਚ, ਤੁਸੀਂ ਆਪਣੇ ਕੋਈ ਵੀ ਆ ਆਪਣੇ ਚਲੋ ਪੰਜਾਬ ਵਾਲੇ ਲਾ ਲਓ ਜਾਂ ਹਿੰਦੁਸਤਾਨ ਲਾ ਲਓ, ਹਰ ਕੰਮ 'ਚ ਅੱਗੇ ਹੁੰਦੇ ਆ, ਹਰ ਕੰਮ 'ਚ ਜਿੱਦਾਂ ਤੁਸੀਂ ਕੋਈ ਜਗਰਾਤੇ ਲਾ ਲਓ ਜਾਂ ਕੋਈ ਸੰਸਥਾ ਲਾ ਲਓ ਕੋਈ ਵਾਲਾ, ਮੈਂ ਕਹਿੰਦਾ ਯਾਰ ਜਿੱਦਾਂ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ ਉੱਦਾਂ ਹੀ ਤੁਸੀਂ ਜਿਹੜੇ ਕੋਈ ਵੀ ਸਪੋਰਟ ਦਾ ਗਰੀਬ ਬੱਚੇ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜੀ, ਕਿਉਂਕਿ ਉਹਨਾਂ ਦੀ ਥੋੜ੍ਹੀ ਛੋਟੀ ਜਿਹੀ ਹੈਲਪ ਨਾਲ ਇਹ ਬੱਚੇ ਬਹੁਤ ਦੂਰ ਤੱਕ ਜਾ ਸਕਦੇ। ਕੁਝ ਕਹਿਣਾ ਚਾਹੁੰਦੇ ਹੋ ਆਖਿਰ ਦੇ ਵਿੱਚ ਕੋਈ ਸਰਕਾਰਾਂ ਅੱਗੇ ਕੋਈ ਮੰਗ ਰੱਖਣਾ ਚਾਹੁੰਦੇ? ਸਰਕਾਰਾਂ ਅੱਗੇ ਇਹੀ ਮੰਗ ਹੈ ਜੀ, ਅਖਾੜੇ ਦੇ ਵਿੱਚ ਆਉਣਾ ਚਾਹੀਦਾ, ਉਹਨੂੰ ਅਖਾੜੇ ਦੇ ਬੱਚਿਆਂ ਨੂੰ ਪ੍ਰੈਕਟਿਸ ਕਰਦੇ ਦੇਖਣਾ ਚਾਹੀਦਾ, ਜੋ ਸਾਨੂੰ ਜ਼ਰੂਰਤ ਆ ਉਹ ਚੀਜ਼ ਸਾਨੂੰ ਮਿਲਣੀ ਚਾਹੀਦੀ ਆ, ਕਿਉਂਕਿ ਸਾਡੇ ਕੋਲ ਤਾਂ ਸਿਰਫ ਅਜੇ 10% ਆ, 90% ਸਾਡੇ ਕੋਲ ਕੁਛ ਨਹੀਂ ਆ, ਸਿਰਫ ਅਸੀਂ 10% ਆ, ਸਿਰਫ ਸਾਡੇ ਕੋਲ ਇੱਕ ਮੈਟ ਆ, ਇਸ ਤੋਂ ਇਲਾਵਾ ਸਾਡੇ ਕੋਲ ਕੁਛ ਨਹੀਂ, ਜਦਕਿ ਰੈਸਲਿੰਗ ਦੇ ਵਿੱਚ ਬਹੁਤ ਡੰਮੀਆਂ ਮੈਟ ਦੂਸਰਾ ਬਹੁਤ ਮਤਲਬ ਕਿ ਬੇਡ ਹਰ ਚੀਜ਼ ਬਹੁਤ ਕੁਛ ਚਾਹੀਦਾ, ਸਾਡੇ ਕੋਲ ਤਾਂ ਇਹ ਕੁਛ ਵੀ ਨਹੀਂ ਆ। ਇਹ ਵੀ ਜੋ ਕੁਛ ਹੈ ਤੁਹਾਨੂੰ ਪਤਾ ਸਰ, ਜੇ ਜਿਹੜਾ ਹਾਲ ਅਤੇ ਆਪਣਾ ਮੈਟ ਹੈ, ਇਹ ਹਾਲ ਹੈ ਜਿਹੜਾ ਇਹ ਆਪਣਾ ਬੇ ਸਾਹਿਬ ਨੇ ਦਿੱਤਾ ਸੀ, ਮੈਟ ਵੀ ਬੇ ਸਾਹਿਬ ਨੇ ਮੰਗਾ ਕੇ ਦਿੱਤੇ ਸੀ, ਪਰ ਉਦੋਂ ਕੋਰਟ ਆਫ ਕੈਨੇਡਾ ਲੱਗਿਆ ਇਲੈਕਸ਼ਨ ਕਰਨ, ਮੈਟ ਫਿਰ ਸਕੂਲ ਦੇ ਵਿੱਚ ਚੱਲ ਗਏ, ਮੈਟ ਸਾਨੂੰ ਮਿਲੇ ਨਹੀਂ, ਫਿਰ ਆਪਣੇ ਸਿਆਲ ਭਾਜੀ ਆ ਉਹਨਾਂ ਨੂੰ ਅਸੀਂ ਫਿਰ ਆਪ ਸਰਕਾਰੀ ਫਿਰ ਅਸੀਂ ਸਿਆਲ ਭਾਜੀ ਨੂੰ ਕਿਹਾ, ਉਹਨਾਂ ਨੇ ਫਿਰ ਆਪਣੀ ਗਰੰਟੀ ਦੇ ਉੱਪਰ ਜ਼ਿੰਮੇਵਾਰੀ ਦੇ ਉੱਪਰ ਜਿਹੜਾ ਮੈਟ ਆ ਉਹ ਸਾਨੂੰ ਸਕੂਲ ਤੋਂ ਦਵਾਇਆ।
ਬਿਲਕੁਲ ਇਸ ਤਰ੍ਹਾਂ ਸਾਡੇ ਨਾਲ ਦੀਪੂ ਪਹਿਲਵਾਨ ਜਿਹਨਾਂ ਨੇ ਦੱਸਿਆ ਕਿ ਕਿੰਨੀ ਔਕੜਾਂ ਇੱਕ ਪਹਿਲਵਾਨ ਨੂੰ ਆਉਂਦੀਆਂ ਨੇ। ਇਸ ਦੇ ਨਾਲ ਨਾਲ ਉਹਨਾਂ ਨੇ ਸਰਕਾਰ ਅਤੇ ਸਰਕਾਰ ਦੇ ਨਾਲ ਨਾਲ ਸਮਾਜ ਸੇਵਿਕ ਸੰਸਥਾਵਾਂ ਦੇ ਅੱਗੇ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਵੀ ਇਹਨਾਂ ਪਹਿਲਵਾਨਾਂ ਦੀ ਮਦਦ ਅੱਗੇ ਆਉਣਾ ਚਾਹੀਦਾ, ਕਿਉਂਕਿ ਉਹ ਆਪਣਾ ਫਰਜ਼ ਨਿਭਾ ਰਹੇ ਨੇ। ਉਹ ਬਿਨਾਂ ਕਿਸੇ ਚਾਰਜ ਕੀਤੇ ਇਹਨਾਂ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ। ਇਹਨਾਂ ਤੋਂ ਟ੍ਰੇਨ ਹੋਏ ਕਈ ਬੱਚੇ ਸਟੇਟ ਲੈਵਲ ਖੇਲ ਕੇ ਗੋਲਡ ਮੈਡਲ ਲਿਆ ਚੁੱਕੇ ਨੇ। ਪਠਾਨਕੋਟ ਤੋਂ ਜਤੀ ਸ਼ਰਮਾ, ਨਿਊਜ਼ 18 ਪੰਜਾਬ।